ਬਾਕੀ ਗਰੀਬ ਕਿਸਾਨਾਂ ਨੂੰ ਇਹ ਭੱਬਲ ਭੂਸੇ 'ਚ ਨਾ ਪਾਉਣ, ਵਾਈਟ ਪਹਿਲਾਂ ਅਸੀਂ ਇਹਨਾਂ ਦੇ ਹੱਕ 'ਚ ਰੱਖ ਕੇ ਅਤੇ ਫਿਰ ਆਉਂ। ਸਾਡੇ ਟੀਚਰ ਭਰਾ ਨੇ ਜਾਂ ਕੋਈ ਵੀ ਜਿਹੜੇ ਕਰਮਚਾਰੀ ਨੇ, ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨੇ, ਉਹਨਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ, ਇਹ ਕਿਉਂ? MLA ਦੀ ਸਗੋਂ ਘਟਾਉਣੀਆਂ ਚਾਹੀਦੀਆਂ। ਸਰਕਾਰੀ ਕਾਲਜ ਜਿਹੜੇ ਬੰਦ ਹੋਣ ਦੇ ਕਗਾਰ 'ਤੇ ਆ, ਕਿ ਉਹਨਾਂ ਦੇ ਵਿੱਚ ਖਾਲੀ ਅਸਾਮੀਆਂ ਪ੍ਰੋਫੈਸਰਾਂ ਦੀਆਂ ਉਹ ਪੱਕੀਆਂ ਤੌਰ 'ਤੇ ਭਰੀਆਂ ਜਾਣ, ਤਾਂ ਕਿ ਸਰਕਾਰੀ ਕਾਲਜਾਂ ਦੇ ਵਿੱਚ ਵੱਧ ਵਿਦਿਆਰਥੀ ਜਿਹੜੇ ਆ ਇਨਰੋਲ ਹੋ ਸਕਣ। ਸਰਕਾਰ ਤੋਂ ਇਹ ਉਮੀਦ ਰੱਖਦੇ ਹਾਂ ਕਿ ਸਾਨੂੰ ਘੱਟੋ ਘੱਟ ਇੱਕ ਸ਼ੋਰਿਟੀ ਵਾਲੀ ਜੋਬ, ਇੱਕ ਪੱਕੀ ਨੌਕਰੀ ਦਾ ਪ੍ਰਦਾਨ ਕਰੇ, ਵੀ ਅਸੀਂ ਆਪਣੇ ਫਿਊਚਰ ਨੂੰ ਲੈ ਕੇ ਸਿਕਿਓਰ ਹੋ ਸਕੀਏ। ਗੰਨੇ ਆਪਾਂ ਸੁੱਟਦੇ ਹਾਂ ਮਿਲ ਦੇ ਵਿੱਚ, ਆਪਾਂ ਆਪਣੇ ਪੈਸੇ ਲੈਣ ਵਾਸਤੇ ਹੀ ਸੜਕਾਂ ਦੇ ਉੱਤੇ ਰੋਲਣ ਡੇ ਹਾਂ, ਧੱਕੇ ਖਾਣ ਡੇ ਹਾਂ, ਜਦਕਿ ਸਾਡੇ ਆਪਣੇ ਪੈਸੇ ਅਸੀਂ ਕਿਸੇ ਕੋਲ ਮੰਗਣ ਨਹੀਂ ਰਹੇ, ਸਾਡੇ ਆਪਣੇ ਪੈਸੇ ਅਸੀਂ ਆਪਣੀ ਚੀਜ਼ ਸੁੱਟ ਕੇ ਉਹਦੇ ਪੈਸੇ ਨਾਲ ਟਾਈਮ ਸਿਰ ਮਿਲ ਰਹੇ। ਸਾਨੂੰ ਇਹ ਆ ਕਿ ਜਿਹੜੇ ਫਸਲ ਦਾ ਰੇਟ ਵਧਾ ਦਿੱਤਾ ਜਾਵੇ। ਪੰਜਾਬ ਸਰਕਾਰ ਆਪਣਾ ਤੀਸਰਾ ਬਜਟ 28 ਫਰਵਰੀ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਜਾ ਰਹੀ ਹੈ। ਇਸ ਬਜਟ ਨੂੰ ਲੈ ਕੇ ਆਮ ਲੋਕਾਂ ਨੂੰ ਕਈ ਉਮੀਦਾਂ ਨੇ। ਪੰਜਾਬ ਸਰਕਾਰ ਆਪਣੇ ਇਸ ਬਜਟ ਦੇ ਵਿੱਚ ਆਮ ਜਨਤਾ ਅਤੇ ਵਿਦਿਆਰਥੀਆਂ ਦੇ ਲਈ ਕੀ ਲੈ ਕੇ ਆਉਣ ਵਾਲੀ ਹੈ? ਇਸ ਬਜਟ ਨੂੰ ਲੈ ਕੇ ਨੌਜਵਾਨਾਂ ਅਤੇ ਆਮ ਲੋਕਾਂ ਦੀ ਕੀ ਰਾਏ ਹੈ, ਉਹਨਾਂ ਦੀ ਰਾਏ ਜਾਣਨ ਦੇ ਲਈ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਅਵਤਾਰ ਸਿੰਘ ਨੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ, ਜੋ ਅਸੀਂ ਤੁਹਾਨੂੰ ਇਸ ਰਿਪੋਰਟ ਦੇ ਜ਼ਰੀਏ ਦਿਖਾਉਣ ਜਾ ਰਹੇ ਹਾਂ। ਬਜਟ 'ਤੇ ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਸਰਕਾਰ ਨੂੰ ਇਹੀ ਚਾਹੀਦਾ ਕਿ ਜਿਹੜਾ ਬਜਟ ਆ ਰਿਹਾ ਆ ਹੁਣ, ਇਹਦੇ ਵਿੱਚ ਗੰਨੇ ਦਾ ਬਕਾਇਆ ਉਹ ਪਹਿਲਾਂ ਇਹ ਬਜਟ ਰੱਖਿਆ ਹੋਇਆ, ਤਾਂ ਇਹ ਗੱਲਾਂ ਆਉਣੀ ਨਾ ਸਾਹਮਣੇ, ਨਾ ਧਰਨੇ ਲੱਗਣ, ਨਾ ਸੜਕਾਂ ਰੁਕਣ, ਨਾ ਰਾਹਗੀਰ ਪਰੇਸ਼ਾਨ ਹੋਣ, ਨਾ ਮਿਲ ਮੈਨੇਜਮੈਂਟਾਂ ਪਰੇਸ਼ਾਨ ਹੋਣ, ਨਾ ਕਿਸਾਨ ਪਰੇਸ਼ਾਨ ਹੋਏ। ਬਜਟ ਦੇ ਵਿੱਚ ਪਹਿਲਾਂ ਹੀ ਕਿਸਾਨੀ ਦਾ ਜਿਹੜਾ ਆ ਉਹ ਪੱਖ ਰੱਖ ਕੇ ਬਕਾਇਆ ਗੰਨੇ ਦੀ ਪੇਮੈਂਟਾਂ ਜਿਹੜੀਆਂ ਉਹ ਪਹਿਲਾਂ ਹੀ ਰੱਖੀਆਂ ਹੋਣ ਸਰਕਾਰ ਨੇ, ਤਾਂ ਉਹਦੇ 'ਚੋਂ ਕੱਢ ਕੇ ਕਿਸਾਨਾਂ ਨੂੰ ਪੈਸਾ ਦੇ ਦੇਣ। ਗਰੀਬਾਂ ਵਾਸਤੇ ਜਿਹੜੇ ਆ ਪੰਜ ਪੰਜ ਮਰਲੇ ਦੇ ਪਲਾਟ ਉਹਨਾਂ ਨੂੰ ਦੇਣ ਵਾਸਤੇ, ਉਹਨਾਂ ਦੇ ਬੱਚਿਆਂ ਦੀਆਂ ਫੀਸਾਂ, ਉਹਨਾਂ ਦੇ ਬੱਚਿਆਂ ਦੀਆਂ ਵਰਦੀਆਂ, ਹੋਰ ਉਹਨਾਂ ਦੇ ਰੋਜ਼ ਦੀਆਂ ਲੋੜਾਂ ਜਿਹੜੀਆਂ, ਇਹ ਬਜਟ ਦੇ ਵਿੱਚ ਪਹਿਲਾਂ ਰੱਖੀਆਂ ਜਾਣ, ਨਾ ਕਿ ਹੋਰ ਚੀਜ਼ਾਂ ਦੇ ਘੁਮਾ ਫਰਾ ਕੇ ਅਤੇ ਇਹਨਾਂ ਮਜ਼ਦੂਰ ਕਿਸਾਨਾਂ ਮਜ਼ਦੂਰ ਜਨਤਾ ਨੂੰ ਅਤੇ ਬਾਕੀ ਗਰੀਬ ਕਿਸਾਨਾਂ ਨੂੰ ਇਹ ਭੱਬਲ ਭੂਸੇ 'ਚ ਨਾ ਪਾਉਣ, ਵਾਈਟ ਪਹਿਲਾਂ ਹੀ ਇਹਨਾਂ ਦੇ ਹੱਕ 'ਚ ਰੱਖ ਕੇ ਅਤੇ ਫਿਰ ਆਉਣ। ਕੀਆਂ ਚਾਹੀਦੀਆਂ? MLA ਦੀਆਂ ਤਨਖਾਹਾਂ ਵਧਾਈਆਂ ਜਾਣ ਡੀਆਂ, ਅਤੇ ਜਿਹੜੇ ਸਾਡੇ ਟੀਚਰ ਭਰਾ ਨੇ ਜਾਂ ਕੋਈ ਵੀ ਜਿਹੜੇ ਕਰਮਚਾਰੀ ਨੇ, ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨੇ, ਉਹਨਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ, ਇਹ ਕਿਉਂ? MLA ਦੀ ਸਗੋਂ ਘਟਾਉਣੀਆਂ ਚਾਹੀਦੀਆਂ, ਇਹ ਘਟਣੀਆਂ ਚਾਹੀਦੀਆਂ, ਵਧਣ ਦੀ ਬਜਾਏ ਘਟਣੀਆਂ ਚਾਹੀਦੀਆਂ ਨੇ, ਜੋ ਪਹਿਲਾਂ ਨੇ ਉਹ ਤੋਂ ਵੀ ਬਜਟ ਹੋਰ ਕਿਉਂ ਚਾਹੀਦਾ? ਬਜਟ ਦੇ ਵਿੱਚ ਤਾਂ ਵੱਧ ਤੋਂ ਵੱਧ ਵੇਖੋ ਜੀ, ਜਿੰਨੀਆਂ ਵੀ ਗਰੀਬਾਂ ਦੀਆਂ ਮੁਹੱਈਆ ਸਹੂਲਤਾਂ ਨੇ ਉਹ ਵੱਧ ਤੋਂ ਵੱਧ ਦੇਣੀਆਂ ਚਾਹੀਦੀਆਂ। ਜਿਵੇਂ ਮੈਂ ਪਹਿਲੇ ਵੀ ਕਹਿ ਚੁੱਕਾ ਕਿ ਹੈਲਥ ਜਿਹੜੀ ਹੈ ਉਹਦੀ ਬਹੁਤ ਜ਼ਿਆਦਾ, ਜਿਵੇਂ ਕਿਸੇ ਨੂੰ ਮੰਨ ਲਓ ਕੁੱਤੇ ਨੇ ਕੱਟ ਲਿਆ ਤਾਂ ਇੱਥੇ ਉਸ ਵੇਲੇ ਮੌਕੇ 'ਤੇ ਨੇ ਕੋਈ ਟੀਕੇ ਜਾਂ ਨਹੀਂ, ਅਤੇ ਇਸ ਤੋਂ ਵੱਧ ਕੀ ਹੋ ਸਕਦਾ? ਕੁੱਤੇ ਨੇ ਕੱਟ ਲਿਆ ਤਾਂ ਉਹਨੂੰ ਭਜਾਉਂਦੇ ਆ ਵੀ ਤੂੰ ਅੰਮ੍ਰਿਤਸਰ ਚੱਲ ਜਾ, ਤੂੰ ਜਲੰਧਰ ਚੱਲ ਜਾ। ਹੈਲਥ ਦਾ ਜਿਹੜਾ ਸਿਸਟਮ ਹੈ ਉਹ ਇਹੋ ਜਿਹਾ ਹੋਣਾ ਚਾਹੀਦਾ ਜਿੱਦਾਂ ਇੱਕ 5-star ਸਿਸਟਮ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ। ਕਿ ਹਰ ਸਰਕਾਰ ਜਿਹੜੀ ਆ ਉਹ ਆਪਣਾ ਹਰ ਸਾਲ ਬਜਟ ਤਿਆਰ ਕਰਦੀ ਆ। ਬਜਟ ਦਾ ਮਤਲਬ ਆ ਵੀ ਆਮਦਨੀ ਕਿੰਨੀ ਕੀਤੀ ਅਤੇ ਖਰਚਾ ਕਿੰਨਾ ਕੀਤਾ। ਸਾਨੂੰ ਇਹ ਲੱਗਦਾ ਕਿ ਸਰਕਾਰਾਂ ਖਰਚਾ ਜ਼ਿਆਦਾ ਕਰ ਰਹੀਆਂ ਨੇ, ਆਮਦਨ ਘੱਟ ਕਰ ਰਹੀਆਂ ਨੇ, ਜਿਹਦੇ ਕਰਕੇ ਸੂਬਾ ਜਿਹੜਾ ਉਹ ਘਾਟੇ 'ਚ ਜਾ ਰਿਹਾ। ਹਰ ਪੱਖ ਤੋਂ ਕਿਸਾਨਾਂ ਦਾ ਵੀ ਬਹੁਤ ਬੁਰਾ ਹਾਲ ਆ, ਆ ਧਰਨੇ ਲੱਗ ਰਹੇ ਨੇ, ਮਿੱਲਾਂ 'ਚ ਧਰਨੇ ਲੱਗ ਰਹੇ ਨੇ, ਲੋਕਾਂ ਨੂੰ 3-3 ਸਾਲ ਤੋਂ ਪੈਸੇ ਨਹੀਂ ਮਿਲ ਰਹੇ, ਮਜ਼ਦੂਰਾਂ ਦੀ ਦਸ਼ਾ ਬਹੁਤ ਖਰਾਬ ਆ। ਮੈਂ ਕਹਿੰਦਾ ਵੀ ਜੋ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਾਅਦੇ ਕੀਤੇ ਉਹ ਪੂਰੇ ਕਰ ਦੇਣ ਤਾਂ ਵੀ ਸੁਧਾਰ ਹੋ ਸਕਦਾ। ਕੀ ਕਹਾਂ, ਮੈਨੂੰ ਸਮਝ ਨਹੀਂ ਆ ਰਹੀ ਵੀ ਜਦੋਂ ਸਾਡੀ ਆਮਦਨ ਪਹਿਲਾਂ ਹੀ ਘੱਟ ਆ, ਖਰਚੇ ਅਸੀਂ ਪਹਿਲਾਂ ਹੀ ਵਧਾਏ ਹੋਏ ਨੇ, ਅਸੀਂ ਹੋਰ ਖਰਚੇ ਵਧਾ ਲਏ ਆ, ਜਨਤਾ 'ਤੇ ਬੋਝ ਪਾਈ ਜਾ ਰਹੇ ਹਾਂ, ਟੈਕਸਾਂ ਦਾ ਬੋਝ, ਆਮਦਨ ਟੈਕਸ, ਜਿਹੜੇ ਸਾਡੇ ਕਿੰਨੇ ਕਿੰਨੇ ਪੜ੍ਹੇ ਜਿਹੜੇ ਸਾਡੇ ਟੀਚਰ ਨੇ ਉਹ ਅਸੀਂ ਪ੍ਰਾਈਵੇਟ 8-8, 10-10 ਹਜ਼ਾਰ ਉਹ ਦੇ ਰਹੇ ਹਾਂ, ਘਰ ਨਹੀਂ ਚੱਲ ਰਿਹਾ। ਇਸ ਕਰਕੇ ਸਾਨੂੰ ਇਹ ਕੋਈ ਸਿਆਣੀ ਗੱਲ ਨਹੀਂ ਮੈਂ ਕਹਾਂਗਾ ਜਿਹੜੀ ਇਹਨਾਂ ਨੇ ਤਨਖਾਹਾਂ ਵਧਾ ਲਈਆਂ ਨੇ। ਇਹ ਜਿਹੜੀ ਨੌਜਵਾਨ ਪੀੜ੍ਹੀ ਆ ਉਹਦੇ ਵਾਸਤੇ ਸੋਚਿਆ ਜਾਣਾ ਚਾਹੀਦਾ। ਸਾਰੇ ਸਾਡੇ ਨੌਜਵਾਨ ਜਿਹੜੇ ਨੇ ਜ਼ਮੀਨਾਂ ਵੇਚ ਕੇ ਕਿੰਨੀ ਬੁਰੇ ਹਾਲਾਤਾਂ ਦੇ ਵਿੱਚ ਬਾਹਰ ਭੇਜ ਰਹੇ। ਅੱਜ ਜਿਹੜਾ 40-40 ਲੱਖ ਦਾ ਕਿੱਲਾ ਸੀ 20 ਨੂੰ ਖਰੀਦ ਨਹੀਂ ਹੈਗਾ, ਇੱਥੇ ਖਰੀਦਦਾਰ ਜਿਹੜਾ ਖਤਮ ਹੋਈ ਜਾ ਰਿਹਾ, ਲੋਕਾਂ ਦਾ ਜਿਹੜਾ ਵਿਕਾਸ ਆ ਹਰ ਖੇਤਰ ਦਾ ਵਿਕਾਸ ਰੁਕਿਆ ਪਿਆ। ਜਿਹੜੇ MLA ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਤਾਂ ਵੱਧਦੀਆਂ ਜਾਂਦੀਆਂ ਨੇ, ਤਨਖਾਹਾਂ ਵੀ ਵੱਧਦੀਆਂ ਜਾਂਦੀਆਂ, ਜੋ ਉਹਨਾਂ ਦੀਆਂ ਪੈਨਸ਼ਨਾਂ ਵੀ ਵੱਧਦੀਆਂ ਜਾਂਦੀਆਂ ਨੇ, ਉਹ ਚੀਜ਼ਾਂ ਵੱਧਦੀਆਂ ਜਾਂਦੀਆਂ, ਅਤੇ ਲੋਕਾਂ ਦਾ ਕਿਉਂ ਨਹੀਂ ਜਿਹੜਾ ਲੋਕਾਂ ਨੂੰ ਕਿਉਂ ਨਹੀਂ ਮਿਲਦਾ, ਲੋਕਾਂ ਨੂੰ ਆਪਣੇ ਪੈਸੇ ਨਹੀਂ ਮਿਲ ਰਹੇ? ਬਜਟ ਇਹੋ ਹੋਣਾ ਚਾਹੀਦਾ ਕਿ ਜੇ ਉਹਨਾਂ ਦੀਆਂ ਤਨਖਾਹਾਂ ਵੱਧਦੀਆਂ ਤਾਂ ਜਿੱਦਾਂ ਮੈਨੂੰ ਇਹਨਾਂ ਦਾ ਫਸਲ ਦਾ ਰੇਟ ਵਧਣਾ ਚਾਹੀਦਾ, ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ, ਅਤੇ ਜਿਹੜੇ ਬਿੱਲ ਨੇ ਜਿਹੜੇ ਬੱਤੀ ਦੇ ਬਿੱਲ ਜਿਹੜੇ ਨੇ ਉਹ ਮਾਫ਼ ਹੋਣੇ ਚਾਹੀਦੇ ਨੇ ਸਾਰਿਆਂ ਦੇ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਰਿਆਂ ਨੂੰ ਮਿਲਣੀ ਚਾਹੀਦੀਆਂ ਨੇ, ਇਹ ਨਹੀਂ ਵੀ MLA ਸਰਕਾਰਾਂ ਲੈਣ ਅਤੇ ਜਿਹੜੇ ਮੰਤਰੀ ਬਣੇ ਨੇ ਉਹ ਸਭ ਕੁਝ ਲੈਣ। ਪੰਜਾਬ ਸਰਕਾਰ ਜਿਹੜੇ ਦਿਨਾਂ ਦੇ ਵਿੱਚ ਬਜਟ ਲੈ ਕੇ ਆਈ ਹੈ ਤਾਂ 2 ਮੁੱਦੇ ਵਿਦਿਆਰਥੀਆਂ ਦੇ ਜਿਹੜੇ ਇਸ ਟਾਈਮ ਬਹੁਤ ਗੰਭੀਰ ਹੈਗੇ ਆ। ਇੱਕ ਤਾਂ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਪਿਛਲੇ ਲੰਬੇ ਸਮੇਂ ਤੋਂ ਅੜੇ ਹੋਏ ਹੈਗੇ ਆ, ਉਹ ਜਾਰੀ ਕੀਤੇ ਜਾਣ, ਉਹਦੇ ਲਈ ਜਿਹੜੀ ਰਕਮ ਆ ਉਹ ਵਧਾਈ ਜਾਵੇ। ਦੂਸਰਾ, ਸਰਕਾਰੀ ਕਾਲਜ ਜਿਹੜੇ ਬੰਦ ਹੋਣ ਦੇ ਕਗਾਰ 'ਤੇ ਆ ਕਿ ਉਹਨਾਂ ਦੇ ਵਿੱਚ ਖਾਲੀ ਅਸਾਮੀਆਂ ਪ੍ਰੋਫੈਸਰਾਂ ਦੀਆਂ ਉਹ ਪੱਕੀਆਂ ਤੌਰ 'ਤੇ ਭਰੀਆਂ ਜਾਣ, ਤਾਂ ਕਿ ਸਰਕਾਰੀ ਕਾਲਜਾਂ ਦੇ ਵਿੱਚ ਵੱਧ ਵਿਦਿਆਰਥੀ ਜਿਹੜੇ ਆ ਇਨਰੋਲ ਹੋ ਸਕਣ।
ਅਸੀਂ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ ਕਿ ਜਿਵੇਂ ਸਰਕਾਰ ਰੁਜ਼ਗਾਰ ਮੇਲੇ ਦੇ ਨਾਮ 'ਤੇ ਇੱਕ 2-3 ਹਜ਼ਾਰ ਰੁਪਏ ਦੀ ਨੌਕਰੀ, ਜਿਵੇਂ ਕਿ ਇੱਕ ਕੱਪੜਿਆਂ ਦੀ ਭਾਂਡੇ ਦੁਕਾਨ 'ਤੇ ਕਿਸੇ ਲਾਲੇ ਨੇ ਆਪਣੀ ਦੁਕਾਨ ਖੋਲ੍ਹੀ ਹੋਈ ਹੈ, ਉਸਦੀ ਦੁਕਾਨ 'ਤੇ ਇੱਕ ਪ੍ਰਾਈਵੇਟ ਜੋਬ 2-3 ਹਜ਼ਾਰ ਰੁਪਏ ਦੇ ਉੱਤੇ ਸਾਨੂੰ ਨਿਯੁਕਤ ਕਰ ਰਿਹਾ, ਕੀ ਅਸੀਂ ਉਹ ਜੋਬ ਨਾਲ ਆਪਣਾ ਖਰਚਾ ਚਲਾ ਸਕਦੇ ਹਾਂ? ਅਸੀਂ ਸਰਕਾਰ ਤੋਂ ਇਹ ਉਮੀਦ ਰੱਖਦੇ ਹਾਂ ਕਿ ਸਾਨੂੰ ਘੱਟੋ ਘੱਟ ਇੱਕ ਸ਼ੋਰਿਟੀ ਵਾਲੀ ਜੋਬ, ਇੱਕ ਪੱਕੀ ਨੌਕਰੀ ਦਾ ਪ੍ਰਦਾਨ ਕਰੇ ਵੀ ਅਸੀਂ ਆਪਣੇ ਫਿਊਚਰ ਨੂੰ ਲੈ ਕੇ ਸਿਕਿਓਰ ਹੋ ਸਕੀਏ। ਇੱਕ ਵਿਦਿਆਰਥੀ ਪੜ੍ਹਦਾ ਕਿਉਂ ਹੈ, ਮਿਹਨਤ ਕਿਉਂ ਕਰਦਾ, ਪ੍ਰਾਈਜ਼ BA MBA ਡਿਗਰੀਆਂ ਕਰਕੇ ਅਸੀਂ ਕੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਇੱਕ ਵਧੀਆ ਨੌਕਰੀ ਜਾ ਕੇ ਆਪਣੇ ਪਰਿਵਾਰ ਦਾ ਖਰਚਾ ਚਲਾ ਸਕੀਏ, ਸਾਡਾ ਆਉਣ ਵਾਲਾ ਭਵਿੱਖ ਜੋ ਹੈ ਕਿ ਬਿਹਤਰ ਹੋ ਸਕੇ, ਅਸੀਂ ਇਸ ਦੀ ਉਮੀਦ ਕਰਦੇ ਹਾਂ। ਜੇ ਸਾਨੂੰ ਸਾਡੇ ਭਵਿੱਖ ਦੇ ਨਾਂ 'ਤੇ ਇੱਕ 3-4 ਹਜ਼ਾਰ ਰੁਪਏ ਦੀ ਨੌਕਰੀ ਮਿਲ ਰਹੀ ਹੈ ਅਤੇ ਸਾਡਾ ਪੜ੍ਹਾਈ ਤੋਂ ਜਾਂ ਸਾਡਾ ਮਿਹਨਤ ਕਰਨ ਤੋਂ ਸਾਡਾ ਵਿਸ਼ਵਾਸ ਨਹੀਂ ਉੱਠੇਗਾ। ਅਸੀਂ ਆਸ ਕਰਦੇ ਹਾਂ ਬਜਟ ਤੋਂ, ਅਸੀਂ ਬਸ ਇਹ ਆਸ ਕਰਦੇ ਹਾਂ ਬਜਟ ਤੋਂ ਕਿ ਇਹ ਜੋ ਫਾਲਤੂ ਖਰਚੇ ਹੋ ਰਹੇ, ਜਿਵੇਂ ਕਿ ਕਿਹਾ ਜਾ ਰਿਹਾ ਕਿ ਹਰ ਇੱਕ ਨੌਜਵਾਨ ਨੂੰ ਇੱਕ ਸਮਾਰਟਫੋਨ ਦਿੱਤਾ ਜਾਵੇਗਾ, ਸਾਨੂੰ ਸਮਾਰਟਫੋਨ ਦੀ ਲੋੜ ਨਹੀਂ ਹੈ, ਸਾਨੂੰ ਲੋੜ ਹੈ ਕਿ ਨੌਕਰੀ ਦੀ, ਤਾਂ ਕਿ ਨੌਕਰੀ ਮਿਹਨਤ ਕਰਕੇ ਆਪਣੀ ਕਮਾਈ ਕਰਕੇ ਸਮਾਰਟਫੋਨ ਤਾਂ ਅਸੀਂ ਆਪ ਹੀ ਲੈ ਸਕਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇੱਕ ਵਧੀਆ ਨੌਕਰੀ ਪ੍ਰਦਾਨ ਕੀਤੀ ਜਾਏ, ਕਿ ਪੱਕੀ ਜੇ ਸਿਓਰਿਟੀ ਹੋਵੇ ਕਿ ਇੱਕ ਸਰਕਾਰੀ ਨੌਕਰੀ ਹੈ, ਤੁਹਾਨੂੰ ਜੋਬ ਤੁਹਾਡੀ ਪਰਮਾਨੈਂਟ ਜੋਬ ਹੈਗੀ ਹੈ, ਕਿ ਸਾਨੂੰ ਨਾ ਤਾਂ ਸਾਡੇ ਭਵਿੱਖ ਨੂੰ ਕੋਈ ਖਤਰਾ ਹੋਵੇ ਅਤੇ ਨਾ ਹੀ ਇਸ ਨੂੰ ਲੈ ਕੇ ਚਿੰਤਾ। ਪੰਜਾਬ ਸਰਕਾਰ ਨੂੰ 2 ਮੁੱਦੇ ਨੇ ਵੀ ਜਿਹੜੇ ਤਾਂ ਆਪਣੇ ਗੌਰਮੈਂਟ ਆਪਣੇ ਸਰਕਾਰੀ ਕਾਲਜ ਨੇ ਉਹਨਾਂ ਦੇ ਵਿੱਚ ਜਿਹੜੇ ਆਪਣੀ ਅਸਾਮੀਆਂ ਖਾਲੀਆਂ ਪਈਆਂ ਨੇ ਪ੍ਰੋਫੈਸਰਾਂ ਦੀ, ਉਹਨਾਂ ਨੂੰ ਭਰੀਆਂ ਜਾਏ, ਅਤੇ ਦੂਸਰੀ ਆ ਵੀ ਜਿਹੜੇ ਸਾਡੇ ਪੰਜਾਬ ਸਰਕਾਰ ਗੌਰਮੈਂਟ ਸੈਕਟਰ ਦੇ ਵਿੱਚ ਜਿਹੜੀਆਂ ਭਰਤੀਆਂ ਕੀਤੀਆਂ ਉਹਨਾਂ ਨੂੰ ਪੱਕਾ ਕੀਤਾ ਜਾਵੇ, ਵੀ ਜਿੱਦਾਂ ਹੁਣ ਕੰਟਰੈਕਟ ਬੇਸ ਨੂੰ ਇਹਨੂੰ ਖਤਮ ਕੀਤਾ ਜਾਵੇ। ਕੰਟਰੈਕਟ ਬੇਸ 'ਤੇ ਬੰਦੇ ਦੇ ਵਿੱਚ ਮਨ ਦੇ ਵਿੱਚ ਆਹੀ ਹੁੰਦਾ ਹੈ ਕਿ ਜੇ ਬੰਦਾ ਉਹਦੇ ਵਿੱਚ ਆਹੀ ਉਮੀਦ ਰਹਿੰਦੀ ਹੈ ਵੀ ਮੈਂ ਸ਼ਾਇਦ ਪੱਕਾ ਹੋਵਾਂਗਾ ਕਿ ਨਹੀਂ ਹੋਵਾਂਗਾ, ਗੌਰਮੈਂਟ ਸੈਕਟਰ ਦੇ ਵਿੱਚ ਬੰਦੇ ਨੂੰ ਪੱਕੀ ਭਰਤੀ ਦਿੱਤੀ ਜਾਵੇ। ਵਿਦਿਆਰਥੀ, ਅੱਜ ਦਾ ਵਿਦਿਆਰਥੀ ਸਮਾਰਟਫੋਨ ਦੀ ਨਹੀਂ ਭਾਲ ਰੱਖਦਾ, ਉਹ ਕਹਿੰਦਾ ਆ ਵੀ ਜੇ ਉਹ ਬੱਚਾ ਪੜ੍ਹ ਰਿਹਾ, ਗ੍ਰੈਜੂਏਸ਼ਨ ਕਰ ਰਿਹਾ, ਉਹਨੂੰ ਨੌਕਰੀ ਦਿੱਤੀ ਜਾਵੇ, ਰੁਜ਼ਗਾਰ ਦੇਣਾ ਚਾਹੀਦਾ। ਮੈਂ ਨਹੀਂ ਚਾਹੁੰਦਾ ਕਿ ਸਮਾਰਟਫੋਨ ਦਿੱਤਾ ਜਾਵੇ, ਰੁਜ਼ਗਾਰ ਦੇਣਾ ਹੀ ਜ਼ਿਆਦਾ ਵਧੀਆ ਰਹੂਗਾ। ਸਰਕਾਰ ਸਾਡੀ ਸਰਕਾਰ ਤੋਂ ਇਹੀ ਉਮੀਦਾਂ ਆ ਕਿ ਜਿਹੜੀ ਸਾਡੀ ਕਿਸਾਨੀ ਆ, ਅੱਜ ਦੀ ਕਿਸਾਨੀ ਆ, ਜਿਹੜਾ ਅੱਜ ਦਾ ਨੌਜਵਾਨ ਹੈ ਉਹ ਕਿਸਾਨੀ ਤੋਂ ਬਹੁਤ ਦੂਰ ਹੋ ਗਿਆ ਆ, ਕਿਸਾਨੀ ਇੱਕ ਹਿਸਾਬ ਦੀ ਮਿਟਣ ਵਾਲੀ ਆ, ਨੌਜਵਾਨ ਨੂੰ ਕਿਸਾਨੀ ਤੋਂ ਕੋਈ ਉਮੀਦ ਨਹੀਂ ਰਹੀ। ਸਰਕਾਰ ਨੂੰ ਇਹੀ ਚਾਹੀਦਾ ਕਿ ਜਿਹੜੇ ਸਾਡੇ ਕਿਸਾਨ ਵੀਰ ਆ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇ, ਉਹਨਾਂ ਦੇ ਆਪਣੇ ਸੰਦ ਖਰੀਦ ਸਕਣ, ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ, ਆਪਣੇ ਸੰਦ ਖਰੀਦ ਕੇ ਆਪਣੀ ਕਿਸਾਨੀ ਬਚਾ ਸਕਣ, ਹੈ ਨਾ, ਜ਼ਿਆਦਾ ਖੁਦਕੁਸ਼ੀਆਂ ਨਾ ਹੋਣ। ਜਿਹੜੇ ਸਾਡੇ ਨੌਜਵਾਨ ਵੀਰ ਆ ਉਹਨਾਂ ਨੂੰ ਕਿਸਾਨੀ ਤੋਂ ਬਹੁਤ ਦੂਰ ਹੋ ਰਹੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਿਸਾਨੀ ਰਹਿ ਕੀ ਗਈ ਆ। ਸਾਡੀ ਜਿਹੜੀ ਕੀਟਨਾਸ਼ਕ ਦਵਾਈਆਂ ਆ ਕਿਸਾਨਾਂ ਨੂੰ, ਉਹਦੇ ਜਿਹੜੀਆਂ ਕੀਟਨਾਸ਼ਕ ਦਵਾਈਆਂ ਲੈਣੀਆਂ ਉਹਨਾਂ 'ਤੇ ਸਬਸਿਡੀ ਦਿੱਤੀ ਜਾਵੇ, ਅਤੇ ਬਾਕੀ ਆਪਣੇ ਸੰਦ ਆਪਣੇ ਜਿਹੜੇ ਕਿਸਾਨ ਆ ਵਧੀਆ ਤਰੀਕੇ ਨਾਲ ਖਰੀਦ ਸਕਣ। ਆਪਾਂ ਇਹ ਜ਼ਰੂਰ ਰੱਖਣਾ ਚਾਹੀਦਾ, ਹੁਣ ਇੱਕ ਇਹ ਮੇਨ ਮੁੱਦਾ ਇਹੀ ਆ ਕਿ ਜਿੱਦਾਂ ਆਪਾਂ ਗੰਨੇ ਆਪਾਂ ਸੁੱਟਦੇ ਹਾਂ ਮੇਲ ਦੇ ਵਿੱਚ, ਆਪਾਂ ਆਪਣੇ ਪੈਸੇ ਲੈਣ ਵਾਸਤੇ ਹੀ ਸੜਕਾਂ ਦੇ ਉੱਤੇ ਰੋਲਣ ਡੇ ਹਾਂ, ਧੱਕੇ ਖਾਣ ਡੇ ਹਾਂ, ਜਦਕਿ ਉਹ ਸਾਡੇ ਆਪਣੇ ਪੈਸੇ ਅਸੀਂ ਕਿਸੇ ਕੋਲ ਮੰਗਣ ਨਹੀਂ ਰਹੇ, ਸਾਡੇ ਆਪਣੇ ਪੈਸੇ ਅਸੀਂ ਆਪਣੀ ਚੀਜ਼ ਸੁੱਟ ਕੇ ਉਹਦੇ ਪੈਸੇ ਨਾਲ ਟਾਈਮ ਸਿਰ ਮਿਲ ਰਹੇ। ਸਾਨੂੰ ਇਹੀ ਆ ਕਿ ਜਿਹੜੇ ਫਸਲ ਦਾ ਰੇਟ ਵਧਾ ਦਿੱਤਾ ਜਾਵੇ। ਸਰਕਾਰ ਬਜਟ ਪੇਸ਼ ਕਰਨ ਜਾ ਰਹੀ ਆ, ਕੀ ਉਮੀਦਾਂ ਨੇ ਬਜਟ ਤੋਂ? ਸਰਕਾਰ ਹੁਣ ਤੱਕ ਜਿੰਨੇ ਵੀ ਬਜਟ ਪੇਸ਼ ਕਰਦੀ ਆ ਉਹਦੇ 'ਚ ਸਟੂਡੈਂਟ ਨੂੰ ਲੈ ਕੇ ਬਹੁਤ ਘੱਟ ਕਰਦੀ ਆ, ਅਤੇ ਇਸ ਵਾਰ ਅਸੀਂ ਚਾਹੁੰਦੇ ਉਹਦੇ ਲਈ ਵੀ ਵੱਧ ਤੋਂ ਵੱਧ ਕੀਤਾ ਜਾਵੇ। ਜੋ ਲੜਕੀਆਂ ਦੀ ਫ੍ਰੀ ਐਜੂਕੇਸ਼ਨ ਦਾ ਵਾਅਦਾ ਸੀ ਉਹ ਵੀ ਇਸ ਵਾਰ ਪੂਰਾ ਕੀਤਾ ਜਾਵੇ, ਜਿਹੜੀ ਲੜਕੀਆਂ ਦੀ ਸੁਰੱਖਿਆ ਆ ਉਹ ਵੀ ਪੂਰੀ ਹੋਵੇ। ਗਰਲਸ 'ਤੇ ਅੱਜ ਕੱਲ੍ਹ ਜਿਹੜੇ ਅਟੈਕ ਹੋਏ ਜਾ ਰਹੇ ਆ, ਉਹਨਾਂ ਦੇ ਵਾਸਤੇ ਉਹਨਾਂ ਨੂੰ ਸਿਕਿਓਰ ਕਰਨ ਦੇ ਲਈ ਨਵੀਆਂ ਪੋਲਿਸੀਜ਼ ਜਾਂ ਕੋਈ ਵੀ ਪਲਾਨਸ ਕੀਤੇ ਜਾਣ, ਜਿਨ੍ਹਾਂ ਦੇ ਨਾਲ ਕਿ ਉਹਨਾਂ ਨੂੰ ਮਤਲਬ ਕੋਈ ਨਾ ਕੋਈ ਬੈਨੀਫਿਟ ਹੁੰਦਾ ਰਹੇ ਅਤੇ ਉਹਨਾਂ ਨੂੰ ਇੱਕ ਡਰ ਨਾ ਹੋਵੇ, ਹੈ ਨਾ। ਜਿਸ ਤਰ੍ਹਾਂ ਕਿ ਗਰਲ ਕਈ ਹੈਂਡੀਕੈਪ ਗਰਲਸ ਜਿਵੇਂ ਸਾਡੇ ਕਾਲਜ, ਉਹਨਾਂ ਨੂੰ ਤੁਰਨਾ ਬੱਸ ਸਟੈਂਡ ਤੱਕ ਜਾਣ ਦਾ ਵੀ ਕਿੰਨੀ ਮੁਸ਼ਕਲ ਹੁੰਦੀ ਆ, ਉਹਨਾਂ ਵਾਸਤੇ ਕੋਈ ਵਹੀਕਲ ਜਾਂ ਕੋਈ ਕੁਛ ਲਗਾਇਆ ਜਾਵੇ ਤਾਂ ਕਿ ਅਸੀਂ ਸਾਰੇ ਹੈਲਪ ਤਾਂ ਕਰਨਾ ਚਾਹੁੰਦੇ, ਬਟ ਕਈ ਵਾਰੀ ਹੁੰਦਾ ਕਿ ਕੋਜ਼ ਆਫ ਸੋਰਸਿਸ ਅਸੀਂ ਨਹੀਂ ਕਰ ਸਕਦੇ, ਸੋ ਦੇ ਫੋਰ ਉਹਨਾਂ ਦੇ ਵਾਸਤੇ ਮਤਲਬ ਇਸ ਤਰ੍ਹਾਂ ਦਾ ਬਜਟ ਪੇਸ਼ ਕੀਤਾ ਜਾਣਾ ਚਾਹੀਦਾ ਕਿ ਜਿਹੜੀਆਂ ਜਿੰਨੀਆਂ ਵੀ ਗਰਲਸ ਹੈਗੀਆਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਹੋਏ, ਐਜ਼ ਆ ਐਜੂਕੇਸ਼ਨ, ਐਜ਼ ਜਿਸ ਤਰ੍ਹਾਂ ਕਿ ਸਪੋਰਟਸਮੈਨ ਹੈਗੀਆਂ ਨੇ ਉਹਨਾਂ ਦੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਬਜਟ ਪੇਸ਼ ਕੀਤਾ ਜਾਏ, ਜਿਸ ਤਰ੍ਹਾਂ ਕਿ ਮਤਲਬ ਉਹਨਾਂ ਨੂੰ ਅੱਗੇ ਵਧਾਉਣ ਲਈ ਉਹਨਾਂ ਦਾ ਮਤਲਬ ਉਹਨਾਂ ਦੀ ਐਕਸਪੈਕਟੇਸ਼ਨਸ ਨੂੰ ਪੂਰਾ ਕਰਨ ਦੇ ਲਈ ਕੀਤਾ ਜਾਏ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।